Please subscribe Agriculture Lover and press the bell icon for our latest videos. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਐਗਰੀਕਲਚਰ ਲਵਰ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਲੈ ਕੇ ਰਿਵਿਊ ਨਿਊ ਹੋਲੈਂਡ 36 ਸਪੈਸ਼ਲ ਐਡੀਸ਼ਨ ਦਾ। ਅਤੇ ਆਓ ਜਾਣਦੇ ਹਾਂ ਇਸ ਟਰੈਕਟਰ ਦੇ ਬਾਰੇ ਵਿੱਚ ਕਿ ਇਸ ਵਿੱਚ ਕੀ ਖੂਬੀਆਂ ਨੇ ਅਤੇ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ। ਅੱਜ ਮੈਂ ਆਇਆ ਨਿਊ ਹੋਲੈਂਡ ਦੇ ਸ਼ੋਰੂਮ ਖੰਨਾ ਵਿੱਚ, ਅਤੇ ਇੱਥੇ ਮੈਂ ਤੁਹਾਡੀ ਸਹਾਇਤਾ ਲਈ ਅਤੇ ਤੁਹਾਡੀ ਜਾਣਕਾਰੀ ਲਈ ਨਿਊ ਹੋਲੈਂਡ 36 ਦੀ ਸਪੈਸ਼ਲ ਐਡੀਸ਼ਨ ਦਾ ਜੋ ਕਿ ਰਿਵਿਊ ਕਰਨ ਲੱਗਾ ਹਾਂ। ਅਤੇ ਇਸ ਦੇ ਵਿੱਚ ਮੈਂ ਤੁਹਾਨੂੰ ਇਸ ਦੀਆਂ ਕੁਝ ਖੂਬੀਆਂ ਅਤੇ ਇਸ ਦੇ ਓਪਰੇਟਰਸ ਮੈਨੂਅਲਸ ਬਾਰੇ ਕੁਛ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਕਿ ਤੁਹਾਨੂੰ ਸਭ ਨੂੰ ਪਸੰਦ ਆਏਗੀ। ਥੈਂਕਸ। ਅਤੇ ਚਲੋ ਹੁਣ ਜਾਣਦੇ ਹਾਂ ਆਪਾਂ ਇਹਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਕਿੱਥੇ ਸੋਚਾਂਗੇ, ਕਿੱਥੇ ਜਾਵਾਂਗੇ? ਅਤੇ ਇਸ ਦੀ ਲੈਫਟ ਹੈਂਡ ਸਾਈਡ 'ਤੇ ਆਇਲ ਫਿਲਟਰ ਦਿੱਤਾ ਹੈ ਜਿਸ ਨੂੰ ਉਲਟਾ ਕਰਕੇ ਲਗਾਇਆ, ਅਤੇ ਇਸ ਦਾ ਮੂਰਲਾ ਜੋ ਹਿੱਸਾ ਹੈ ਬੜੇ ਹੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ, ਪੂਰਾ ਪਾਵਰਫੁਲ। ਅਤੇ ਪਲੇਟਫਾਰਮ ਪੈਰਲਰ 'ਤੇ ਨਹੀਂ ਹੈਗਾ ਪਰ ਵਧੀਆ ਬਣਾਇਆ ਗਿਆ। ਅਤੇ ਇਸ ਦੀ ਰਾਈਟ ਹੈਂਡ ਸਾਈਡ 'ਤੇ ਇਸਦਾ ਸਾਰਾ ਫਿਊਜ਼ ਬਾਕਸ ਇੰਜਨ, ਅਤੇ ਇਸ ਦੇ ਵਿੱਚ 55 HP ਦਾ 3-ਸਿਲੰਡਰ ਇੰਜਨ ਹੈ ਜੋ ਕਿ ਨਿਊ ਹੋਲੈਂਡ ਕੰਪਨੀ ਨੇ ਤਿਆਰ ਕੀਤਾ। ਅਤੇ ਇਸ ਦੇ ਵਿੱਚ ਡਰਾਈ ਏਅਰ ਕਲੀਨਰ ਅਤੇ ਫਰੰਟ 'ਤੇ ਬੈਟਰੀ ਹੈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਤਰੀਕੇ ਨਾਲ ਟਰੈਕਟਰ ਨੂੰ ਡਿਜ਼ਾਈਨ ਕੀਤਾ ਗਿਆ। ਅਤੇ ਇਸ ਦੇ ਵਿੱਚ ਰੋਟਰੀ ਪੰਪ ਹੈ ਜੋ ਕਿ ਸਵਿੱਚ ਨਾਲ ਹੀ ਸਟਾਰਟ ਹੁੰਦੇ ਹਨ ਟਰੈਕਟਰ ਇਹ, ਅਤੇ ਸਵਿੱਚ ਤੋਂ ਹੀ ਬੰਦ ਹੁੰਦੇ ਹਨ। ਅਤੇ ਇਸ ਦਾ ਸਾਰਾ ਟਰਾਂਸਮਿਸ਼ਨ ਹੈ, ਹਾਈਡ੍ਰੋਲਿਕ ਟਰਾਂਸਮਿਸ਼ਨਸ, ਅਤੇ ਬੜੇ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ। ਫਾਈਬਰ ਦੀ ਫਿਊਲ ਟੈਂਕ ਹੈ ਇਹਦੀ, ਅਤੇ ਇਹਦਾ ਡਿਫਰੈਂਸ਼ੀਅਲ ਲੋਕ, ਅਤੇ ਲਿਫਟ ਲੀਵਰਸ ਡਰਾਫਟ ਐਂਡ ਪੁਲਿੰਗ। ਇਸਦੀ ਜੇ ਆਪਾਂ ਗੱਲ ਕਰੀਏ ਤਾਂ ਇਸਦੇ ਵਿੱਚ ਡਬਲ ਡਿਸਟ੍ਰੀਬਿਊਟਰ ਪੁਆਇੰਟ ਲੱਗਿਆ ਗਿਆ, ਲਿਫਟ ਓਮੈਟਿਕ ਬਟਨ ਦਿੱਤਾ ਗਿਆ, ਲਿਫਟ ਲਿਮਟਰ ਦਿੱਤਾ ਗਿਆ, ਅਤੇ ਬੜੀ ਹੀ ਹੈਵੀ ਇਹਦੇ ਵਿੱਚ ਟਰਾਲੀ ਖਿੱਚਣ ਦੇ ਲਈ ਹੁੱਕ ਦਿੱਤੀ ਗਈ ਹੈ। ਅਤੇ ਇਹ ਟਰੈਕਟਰ ਇੰਡਕਸ਼ਨਸ ਦੇ ਵਿੱਚ ਆਉਂਦਾ, ਸਟ੍ਰੇਟ ਐਕਸਲ 'ਚ ਨਹੀਂ ਹੈਗਾ, ਇੰਡਕਸ਼ਨ ਦੇ ਵਿੱਚ ਹੈ ਜਿਸ ਦੇ ਨਾਲ ਇਹਦੀ ਗ੍ਰਿਪਿੰਗ ਪਾਵਰ ਜ਼ਿਆਦਾ ਵੱਧ ਜਾਂਦੀ ਹੈ, ਅਤੇ ਇਹ ਸਲਿੱਪ ਘੱਟ ਕਰਦੇ ਨੇ ਟਰੈਕਟਰ। ਅਤੇ ਇਹਦਾ ਲਿਫਟ ਦੀ ਐਡਜਸਟਮੈਂਟ ਹੁੰਦੀ ਹੈ ਇੱਥੋਂ, ਅਤੇ ਟਾਪ ਲਿੰਕ ਇਸ ਦੇ ਨਾਲ ਮਿਲਦੀ ਹੈ, ਅਤੇ ਇੱਕ ਐਕਸਟਰਾ ਇਹਨੂੰ ਲਿਫਟ ਪਿਸਟਨ ਦਿੱਤਾ ਗਿਆ ਤਾਂ ਜੋ ਇਸਦੀ ਲਿਫਟਿੰਗ ਕਪੈਸਿਟੀ ਨੂੰ ਸਟੇਬਲ ਕੀਤਾ ਜਾ ਸਕੇ ਅਤੇ ਵਧਾਇਆ ਜਾ ਸਕੇ। ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਕਹਿ ਲਓ ਸ਼ਿੰਗਾਰਿਆ ਗਿਆ। ਅਤੇ ਇਸ ਦੇ ਵਿੱਚ 3-speed ਗੇਅਰ ਬੋਕਸ ਆ, ਮੀਡੀਅਮ, ਲੋ, ਹਾਈ, ਅਤੇ 4 ਗੇਅਰਸ ਫਾਰਵਰਡ ਨੇ, ਇੱਕ ਰਿਵਰਸ ਆ ਜਿਵੇਂ ਆਮ ਟਰੈਕਟਰਾਂ 'ਚ ਹੁੰਦਾ ਹੀ ਹੈ ਤਕਰੀਬਨ। ਅਤੇ ਇਸ ਨੂੰ ਜੋ ਆ ਲੀਵਰ ਤੁਸੀਂ ਦੇਖ ਰਹੇ ਹੋ ਬਲੈਕ ਕਲਰ ਦਾ, ਇਹਨੂੰ ਐਡਜਸਟ ਕਰਨ ਲਈ ਹੈ ਪਿੱਛੇ ਜੇ ਕੋਈ MB ਪਲਾਉ ਵਗੈਰਾ ਆਪਾਂ ਪਾਉਂਦੇ ਹਾਂ। ਕਲੱਸਟਰ ਬੜਾ ਖੂਬਸੂਰਤ ਹੈ ਇਹਦਾ, ਡਿਜੀਟਲ ਕਲੱਸਟਰ ਹੈ, ਅਤੇ ਸ਼ੋਅ ਵੀ ਬੜੀ ਵਧੀਆ ਬਣਾਈ ਗਈ ਹੈ। ਮਟੈਲਿਕ ਕਲਰ ਹੈ ਇਸ ਦੇ ਵਿੱਚ, ਖਾਸੀਅਤ ਹੈ ਕਿ ਮਟੈਲਿਕ ਕਲਰ ਸਿਰਫ ਇਸੇ ਟਰੈਕਟਰ ਵਿੱਚ ਆਉਂਦਾ ਹੈ, ਅਤੇ ਕੰਪਨੀ ਵੱਲੋਂ ਕਨੋਪੀ ਇਹਦੀ ਨਾਲ ਆਉਂਦੀ ਹੈ, ਅਤੇ ਕਨੋਪੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਇੱਥੇ ਸਟੀਰੀਓ ਸਿਸਟਮ ਫਿੱਟ ਹੋਣ ਲਈ ਪਹਿਲਾਂ ਹੀ ਜਗ੍ਹਾ ਬਣੀ ਹੋਈ ਹੈ, ਇਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਸਟੀਰੀਓ ਸਿਸਟਮ ਲਗਾਉਣਾ, ਅਤੇ ਮੀਂਹ ਦੇ ਵਿੱਚ ਬਾਰਿਸ਼ ਦੇ ਵਿੱਚ ਭਿੱਜਣ ਦਾ ਵੀ ਕੋਈ ਖਤਰਾ ਨਹੀਂ। ਬੜੀ ਕੰਫਰਟੇਬਲ ਸੀਟ ਦਿੱਤੀ ਗਈ ਹੈ, ਆਰਮ ਰੈਸਟ ਦੇ ਨਾਲ ਦਿੱਤੀ ਗਈ ਹੈ, ਇਹ ਐਡਜਸਟੇਬਲ ਨੇ, ਉੱਪਰ ਥੱਲੇ ਹੋ ਜਾਂਦੀਆਂ ਨੇ ਦੋਨੋਂ, ਬੜਾ ਵਧੀਆ। ਪਲੀਜ਼ ਸਬਸਕ੍ਰਾਈਬ ਐਗਰੀਕਲਚਰ ਲਵਰ ਐਂਡ ਪ੍ਰੈਸ ਦਾ ਬੈਲ ਆਈਕਾਨ ਫੋਰ ਆਵਰ ਲੇਟੈਸਟ ਵੀਡੀਓਜ਼।